ਸਾਡੇ ਸਤਿਕਾਰਯੋਗ ਬਾਪੂ ਜੀ ਪਰਮਾਤਮਾ ਨੇ ਜਿਨ੍ਹਾਂ ਤੇ ਬੜੀ ਅਪਾਰ ਬਖਸ਼ਿਸ਼ ਕੀਤੀ ਕਿਰਪਾ ਕੀਤੀ ਉਸ ਵਾਹਿਗੁਰੂ ਦੇ ਦਰ ਦੇ ਵਿੱਚੋਂ ਪਰਮਾਤਮਾ ਦੇ ਘਰ ਦੇ ਵਿੱਚੋਂ ਇੱਕ ਕੋਈ ਆਪਣੇ ਮਸਤਕ ਤੇ ਇਹੋ ਜਿਹੇ ਲੇਖ ਲਿਖਾ ਕੇ ਆਏ ਸਪੈਸ਼ਲ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਤੁਹਾਨੂੰ ਮਾਤ ਲੋਕ ਤੇ ਭੇਜ ਰਹੇ ਹਾਂ। ਪਤਾ ਨਹੀਂ ਕਿੰਨੇ ਉਹਨਾਂ ਦੀ ਜਨਮਾਂ ਦੀ ਉਹਨਾਂ ਦੀ ਕਮਾਈ ਹੋਊਗੀ, ਕਿੰਨੇ ਜਨਮਾਂ ਦੀ ਉਹਨਾਂ ਦੀ ਭਗਤੀ ਹੋਏਗੀ। ਰੱਬ ਪਰਮੇਸ਼ਰ ਪਰਮਾਤਮਾ ਉਹਨਾਂ ਤੇ ਤਰੁੱਠਿਆ, ਉਹਨਾਂ ਤੇ ਖੁਸ਼ ਹੋਇਆ, ਉਹਨਾਂ ਤੇ ਦਇਆਲ ਹੋਇਆ ਕਿ ਜਾਓ ਤੁਸੀਂ ਮਾਤ ਲੋਕ ਦੇ ਵਿੱਚ ਜਾਓ। ਸਾਡੇ ਸਤਿਕਾਰਯੋਗ ਮਾਤਾ ਜੀ ਬੈਠੇ ਨੇ, ਇਹਨਾਂ ਦੋਹਾਂ ਰੂਹਾਂ ਨੂੰ ਪਰਮੇਸ਼ਰ ਨੇ ਇਹੋ ਜਿਹਾ ਥਾਪੜਾ ਦੇ ਕੇ ਭੇਜਿਆ, ਇਹੋ ਜਿਹੀ ਬਖਸ਼ਿਸ਼ ਕਰਕੇ ਭੇਜਿਆ ਕਿ ਜਾਓ ਤੁਸੀਂ ਸੰਸਾਰ ਦੇ ਉੱਤੇ ਜਾਓ ਤੇ ਤੁਹਾਡੇ ਘਰੇ ਇੱਕ ਐਸਾ ਬਲੀ ਪੁਰਸ਼ ਪੈਦਾ ਹੋਵੇਗਾ ਜੋ ਦੁਨੀਆਂ ਦੇ ਲਈ ਚਾਨਣ ਮਨਾਰਾ ਹੋਵੇਗਾ। ਸਾਸਾਂ ਜੀ ਜਨਮ ਲਿਆ, ਛੋਟੇ ਗਾਂ ਵੱਡੇ ਹੋਏ, ਬਚਪਨ ਜਵਾਨੀ, ਸ਼ਾਦੀ ਹੋ ਗਈ, ਬਾਲ ਬੱਚੇ ਸਾਡੇ ਵੀਰ ਜੀ ਵੱਡੇ, ਉਹਨਾਂ ਦੇ ਘਰੇ ਚਾਰ ਸਪੁੱਤਰਾਂ ਨੇ ਜਨਮ ਲਿਆ, ਆਸਟ੍ਰੇਲੀਆ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਦੋ ਵੀਰ ਜੀ ਖੇਤੀਬਾੜੀ ਦਾ ਕਰਦੇ ਨੇ। ਛੋਟੇ ਸਾਡੇ ਸਤਿਕਾਰਯੋਗ ਬਾਬਾ ਜੀ ਜਿਨ੍ਹਾਂ ਨੇ ਉਹਨਾਂ ਦੇ ਘਰੇ ਆਗਮਨ ਲਿਆ, ਜਨਮ ਲਿਆ, ਸਤਸੰਗ ਜੀ ਉਹ ਜੋ ਉਹਨਾਂ ਦੀ ਹਰੇਕ ਮਾਤਾ ਪਿਤਾ ਦੀ ਸੋਚ ਹੁੰਦੀ ਹੈ ਕਿ ਮੇਰਾ ਪੁੱਤਰ ਵੱਡਾ ਬਣ ਕੇ ਅਫਸਰ ਬਣੇ, ਕੋਈ ਡਾਕਟਰ ਬਣੇ। ਬਾਪੂ ਜੀ ਦੱਸਿਆ ਕਰਦੇ ਸਨ ਕਿ ਮੇਰੇ ਮਨ ਦੀ ਇੱਛਾ ਸੀ ਕਿ ਮੈਂ ਇਹਨਾਂ ਨੂੰ ਪੜ੍ਹਾ ਲਿਖਾ ਕੇ ਕਿ ਇੱਕ ਡਾਕਟਰ ਬਣਾਵਾਂ, ਵੱਡਾ ਅਫਸਰ ਬਣਾਵਾਂ। ਸਤਸੰਗ ਜੀ ਪਰਮਾਤਮਾ ਨੇ ਇਹੋ ਜਿਹਾ ਡਾਕਟਰ ਸੰਸਾਰ ਤੇ ਭੇਜਿਆ। ਮੈਂ ਕਿਹਾ ਬਾਪੂ ਜੀ ਤੁਸੀਂ ਡਾਕਟਰ ਬਣਾਉਣਾ ਚਾਹੁੰਦੇ ਸੀ, ਪਰਮਾਤਮਾ ਡਾਕਟਰ ਤਾਂ ਸਾਡੇ ਇਕੱਲੇ ਜਿਹੜੇ ਤਨ ਦੇ ਰੋਗ ਨੇ ਉਹਨਾਂ ਦੇ ਦੂਰ ਦੂਰ ਕਰੇਗਾ, ਪਰੰਤੂ ਤੁਹਾਡੇ ਘਰੇ ਇੱਕ ਇਹੋ ਜਿਹਾ ਡਾਕਟਰ ਮਹਾਰਾਜ ਨੇ ਭੇਜਤਾ ਕਿ ਦੁਨੀਆਂ ਦੇ ਤਨ ਦੇ ਰੋਗ, ਮਨ ਦੇ ਰੋਗ ਜਿਹੜੇ ਦੂਰ ਕਰ ਰਹੇ। ਜਿਨ੍ਹਾਂ ਨੇ ਪਹਿਲਾਂ ਆਪਣਾ ਹਿਰਦਾ ਸ਼ਾਂਤ ਕੀਤਾ, ਜਿਨ੍ਹਾਂ ਨੇ ਆਪਣੇ ਉਸ ਪ੍ਰਭੂ ਪਿਆਰੇ ਦੀਆਂ ਪਿਆਰ ਦੀਆਂ ਪੀਂਘਾਂ ਜਿਨ੍ਹਾਂ ਨੇ ਝੂਟੀਆਂ ਨੇ, ਉਹਦੇ ਇੱਕ ਅਕਹਿ ਰਸ ਨੂੰ, ਆਨੰਦ ਨੂੰ ਮਾਣਿਆ, ਅੱਜ ਹਜ਼ਾਰਾਂ ਲੱਖਾਂ ਸੰਗਤਾਂ ਉਸ ਪ੍ਰਭੂ ਪਿਆਰੇ ਦੀ ਯਾਦ ਦੇ ਵਿੱਚ ਜੁੜਦੀਆਂ ਨੇ। ਮਹਾ ਬਾਪੂ ਜੀ ਕਿੰਨੇ ਤੁਸੀਂ ਕਰਮਾਂ ਵਾਲੇ ਹੋ, ਕਿੰਨੇ ਭਾਗਾਂ ਵਾਲੇ ਹੋ, ਸਾਡੇ ਮਾਤਾ ਜੀ ਕਿੰਨੇ ਭਾਗਾਂ ਵਾਲੇ ਨੇ। ਇਹ ਜਿਹੜੀਆਂ ਇਹੋ ਜਿਹੀਆਂ ਰੂਹਾਂ ਆਉਂਦੀਆਂ ਨੇ, ਸੋ ਉਸ ਬਾਪੂ ਜੀਆਂ ਨੂੰ ਸਾਡਾ ਵਾਰੰਵਾਰ ਨਮਨ ਹੈ, ਉਸ ਅਮਰ ਰੂਹ ਨੂੰ, ਉਸ ਰੱਬੀ ਰੂਹ ਨੂੰ ਜਿਨ੍ਹਾਂ ਨੇ ਆ ਕੇ ਆਪਣੀਆਂ ਦੁਨਿਆਵੀ ਡਿਊਟੀਆਂ ਬਾਖੂਬੀ ਨਿਭਾਈਆਂ ਤੇ ਇੱਕ ਇਹੋ ਜਿਹਾ ਡਾਕਟਰ ਸਾਡੇ ਲਈ ਸੰਸਾਰ ਦੇ ਵਿੱਚ ਉਹਨਾਂ ਨੇ ਪੈਦਾ ਕੀਤਾ ਕਿ ਜਿਹੜਾ ਅੱਜ ਹਜ਼ਾਰਾਂ ਲੱਖਾਂ ਕਰੋੜਾਂ ਪੂਰੀ ਦੁਨੀਆਂ ਦੇ ਵਿੱਚ ਬੈਠੇ ਜਿਨ੍ਹਾਂ ਨੇ ਕਿਸੇ ਦਰਸ਼ਨ ਨਹੀਂ ਕੀਤੇ। ਸਤਸੰਗ ਜੀ ਉਹ ਵੀ ਟੀਵੀ ਦੇ ਮਾਧਿਅਮ ਰਾਹੀਂ, ਕੋਈ ਕਿਸੇ ਰਾਹੀਂ, ਕੋਈ ਕਿਸੇ ਕਿਵੇਂ ਕਿਸੇ ਕਿਸਮ ਦੇ ਨਾਲ ਉਹਨਾਂ ਦੇ ਮਿੱਠੇ ਪਿਆਰੇ ਬੋਲ ਇਹ ਮੁੱਖ ਦੇ ਵਿੱਚੋਂ ਸਰਵਣ ਕਰਕੇ ਉਹ ਡਾਕਟਰ ਉਹ ਲੱਖਾਂ ਜੀਵਾਂ ਦਾ ਭਲਾ ਕਰ ਰਹੇ ਨੇ।